ਨਵਾਂ ਵਿਆਹ ਜੋੜਾ, ਨਿਊਲੀ ਵੈਡ ਕਪਲ ਨਵੇਂ ਘਰ ਸ਼ਿਫਟ ਕਰਦੇ ਆ, ਅਤੇ ਹਫ਼ਤੇ ਬਾਅਦ ਜਾਨੀ ਕਹਿੰਦੀ, ਡਾਰਲਿੰਗ ਜਿਹੜਾ ਸਾਡਾ ਐਂਟਰੈਂਸ ਦਰਵਾਜ਼ਾ ਨਹੀਂ, ਉਹ ਜਦ ਖੋਲ੍ਹੋ ਬੰਦ ਕਰੋ ਬੜੀ ਚੂੰ ਚੂੰ ਜੀ ਕਰਦਾ, ਵੀ ਮੈਨੂੰ ਲੱਗਦਾ ਕਿਸੇ ਨੂੰ ਦਰਵਾਜ਼ਾ ਗਿਰ ਨਾ ਜਾਵੇ। ਕਹਿੰਦਾ ਫਿਰ ਮੈਂ ਕਿਹੜਾ ਜਿਮਸ ਕਾਰਪੈਂਟਰ ਹਾਂ ਜਿਹੜਾ ਕਹਿੰਦਾ ਤੇਰਾ ਦਰਵਾਜ਼ਾ ਫਿਕਸ ਕਰ ਦੂੰਗਾ, ਮੈਨੂੰ ਨਾ ਕਹਿ। ਉਹ ਵਿਚਾਰੀ ਚੁੱਪ ਹੋ ਜਾਂਦੀ ਹੈ। 10-15 ਦਿਨ ਨੂੰ ਕਹਿੰਦੀ, ਡਾਰਲਿੰਗ ਜਿਹੜਾ ਸਾਡਾ ਟੋਇਲਟ 'ਚ ਫੁਵਾਰਾ ਨਹੀਂ ਹੈਗਾ, ਕਹਿੰਦੀ ਕਹਿੰਦੀ ਉਹ ਨਾ ਆਪਣੇ ਆਪ ਹੀ ਲੀਕ ਕਰੀ ਜਾਂਦਾ ਕਈ ਵਾਰੀ, ਅਤੇ ਕਹਿੰਦੇ ਉਹਦਾ ਕੁਛ ਕਰ ਦਿਉ। ਇੱਕ ਤਾਂ ਪਾਣੀ ਟਿਕ ਟਿਪ 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 ਕਰਦਾ ਰਹਿੰਦਾ, ਇੱਕ ਵੈਸੇ ਕਹਿੰਦੀ ਵੀ ਠੀਕ ਨਹੀਂ ਲੱਗਦਾ। ਕਹਿੰਦਾ ਮੈਂ ਕੋਈ ਕਹਿੰਦਾ ਜਿਮਸ ਪਲੰਬਿੰਗ ਕੰਪਨੀ ਤੋਂ ਹਾਂ, ਪਲੰਬਿੰਗ ਕਰ ਦਿਉ ਜੀ, ਫੁਹਾਰਾ ਠੀਕ ਕਰ ਦਿਉ। ਉਹ ਵਿਚਾਰੀ ਫਿਰ ਚੁੱਪ ਹੋ ਜਾਂਦੀ ਹੈ। 15-20 ਦਿਨ ਕਹਿੰਦੀ, ਡਾਰਲਿੰਗ ਜਿਹੜਾ ਸਾਡੇ ਬੈੱਡਰੂਮ 'ਚ ਬਲਬ ਨਹੀਂ ਲੱਗਾ ਆ, ਉਹ ਕਈ ਵਾਰੀ ਨਾ ਸਪਾਰਕਿੰਗ ਜੀ ਕਰਦਾ। ਉਹ ਕਹਿੰਦੀ ਠੀਕ ਕਰ ਦਿਉ। ਕਹਿੰਦਾ ਬਕਵਾਸ ਨਾ ਕਰ, ਮੈਂ ਕੋਈ ਬਿਜਲੀ ਵਾਲਾ ਆ, ਮੈਂ ਕੋਈ ਸਪਾਰਕਿੰਗ ਆ, ਤੇਰਾ ਬਲਬ ਠੀਕ ਕਰ ਦੇਵਾਂ। ਅਤੇ 15-20 ਦਿਨੀ ਬੰਦਾ ਘਰ ਆਉਂਦਾ ਸ਼ਾਮੀ, ਦਰਵਾਜ਼ਾ ਖੋਲ੍ਹਦਾ, ਕੋਈ ਆਵਾਜ਼ ਨਹੀਂ ਚੂੰ ਚਾਂ ਦੀ। ਕਹਿੰਦਾ ਲੈ ਵੀ ਇਹਦਾ ਆਵਾਜ਼ ਹਟ ਗਈ। ਫਿਰ ਜਾਂਦਾ ਆਪਣੇ ਬੈੱਡਰੂਮ 'ਚ ਲਾਈਟ ਬਾਲਦਾ, ਕੋਈ ਬਲਬ 'ਚ ਸਪਾਰਕਿੰਗ ਨਹੀਂ। ਕਹਿੰਦਾ ਕਮਾਲ ਹੋ ਗਿਆ। ਫਿਰ ਕਹਿੰਦਾ ਨਹਾ ਲੈਂਦੇ ਹਾਂ, ਨਹਾਉਣ ਜਾਂਦਾ, ਸ਼ਾਵਰ ਵੀ ਫਿਕਸ, ਫੁਵਾਰੇ 'ਚ ਕੋਈ ਲੀਕੇਜ ਨਹੀਂ, ਕੁਛ ਨਹੀਂ। ਕਹਿੰਦਾ ਲੈ ਵੀ ਨਜ਼ਾਰਾ ਆ ਗਿਆ। ਅਤੇ ਆਪਣੀ ਜਨਾਨੀ ਪੁੱਛਦਾ, ਕਹਿੰਦਾ ਵੀ ਇਹ ਕਿੱਦਾਂ ਕਰਾਇਆ, ਕਿਤੋਂ ਕਰਾਇਆ? ਕਹਿੰਦੀ ਸਾਡਾ ਜਵਾਨ ਪੜੋਸੀ ਨਹੀਂ? ਕਹਿੰਦਾ ਹਾਂ। ਕਹਿੰਦੀ ਉਹ ਆਇਆ ਸੀ ਅਤੇ ਉਹ ਉਹਨੂੰ ਮੈਂ ਕਿਹਾ ਵੀ ਆਹ ਪ੍ਰੋਬਲਮਸ ਹੈਗੀਆਂ ਆ। ਉਹ ਕਹਿੰਦਾ ਕੋਈ ਨਹੀਂ, ਮੈਂ ਫਿਕਸ ਕਰ ਦਿੰਦਾ। ਅਤੇ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਹਾਂ ਵੀ ਕਿੰਨੇ ਪੈਸੇ ਲੈਂਗਾ? ਕਹਿੰਦਾ ਲੈ ਤੁਸੀਂ ਕਹਿੰਦਾ ਸਾਡੇ ਐਡੇ ਸੋਹਣੇ ਪੜੋਸੀ ਹੋ, ਤੁਹਾਡੇ ਕੋਲ ਪੈਸੇ ਲੈਣੇ? ਕਹਿੰਦਾ ਪੈਸਿਆਂ ਦੀ ਗੱਲ ਨਹੀਂ ਆ। ਕਹਿੰਦਾ ਜਾਂ ਤਾਂ ਕਹਿੰਦਾ ਮੈਨੂੰ ਵਧੀਆ ਰੋਟੀ ਬਣਾ ਕੇ ਖਿਲਾ ਦਿਓ, ਐਨ 3-course meal, ਜਾਂ ਕਹਿੰਦਾ ਫਿਰ ਮੇਰੇ ਨਾਲ ਸੈਕਸ ਕਰ ਲਿਓ। ਅਤੇ ਉਹ ਘਰ ਵਾਲਾ ਪੁੱਛਦਾ, ਹਾਂ ਫਿਰ ਤੂੰ ਕੀ ਬਣਾ ਕੇ ਖਿਲਾਇਆ? ਕਹਿੰਦੀ ਮੈਂ ਕੋਈ ਤਰਲਾ ਦਲਾ ਲਾਂ। ਕਹਿੰਦੀ